ਉਮੀਦ ਕਰਨਾ ਸਭ ਦੋਸਤ ਖਰੀਦ ਨਾਲ ਹੋਣਗੇ ਤੇ ਕ੍ਰਿਕਟ ਲਵਰ ਖੁਸ਼ ਹੋ ਜਾਣ। ਅੱਜ ਅਸੀਂ ਫਿਰ ਕ੍ਰਿਕਟ ਮੈਚ ਲੈ ਕੇ ਆ ਰਹੇ ਹਾਂ। ਦੋ ਟੀਮਾਂ, ਪੰਜ ਪੰਜ ਓਵਰ ਤੇ ਸਟਾਰਟ ਹੋਣ ਲੱਗਾ, ਟਾਸ ਹੋ ਗਈ ਹੈ। ਅੱਜ ਦਾ ਮੈਚ ਜੀ 2-1.5 ਲੀਟਰ ਦੀਆਂ ਬੋਤਲਾਂ ਹਾਰਨ ਵਾਲੀ ਟੀਮ ਪੈ ਆਏਗੀ। ਫਸਟ ਬਾਲ ਵਾਈਡ ਸੀ, ਪਹਿਲਾ ਹੀ ਹੈ। ਹਾਂਜੀ, ਪਹਿਲੇ ਓਵਰ ਦੇ ਅਖਤਾਮ ਤੇ 8 ਸਕੋਰ, ਜਿਨ੍ਹਾਂ 'ਚ 4 ਵਾਈਡ ਬਾਲਾਂ ਨੇ ਤੇ 4 ਸਿੰਗਲਾਂ ਡਬਲਾਂ ਨੇ। ਖੈਰ, ਬਗੈਰ ਕਿਸੇ ਨੁਕਸਾਨ ਤੋਂ 8 ਵਾਈਡ। ਕਿਆ ਬਾਤ ਹੈ ਜੀ, ਫਸਟ 6 ਦੂਸਰੇ ਓਵਰ ਦੀ ਤੀਸਰੀ ਗੇਂਦ 'ਤੇ। ਦੋ ਓਵਰ 19 ਸਕੋਰ, ਬਗੈਰ ਕਿਸੇ ਨੁਕਸਾਨ ਤੋਂ ਤੀਸਰੇ ਓਵਰ ਦੀ ਫਸਟ ਗੇਂਦ। ਦੂਸਰੀ ਗੇਂਦ, ਓ ਬੋਲਡ, ਤੀਸਰੇ ਓਵਰ ਦੀ ਤੀਸਰੀ ਗੇਂਦ, ਆਊਟ 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 ਤੀਸਰੇ। ਚੌਥੀ ਗੇਂਦ, ਹੈਟ੍ਰਿਕ ਚਾਂਸ, ਕੈਚ, ਸਿਕਸ ਇੰਗਸ ਵਿੱਚ ਦੂਸਰਾ 6। ਹਾਂਜੀ, 41 ਸਕੋਰ, 4 ਓਵਰ, ਸਿਕਸ। ਦੂਸਰੀ ਗੇਂਦ 5ਵੇਂ ਓਵਰ ਦੀ, ਸਿਕਸ। ਆਹੋ, ਚੌਥੀ ਗੇਂਦ, ਜੀ ਲਾਸਟ ਬਾਲ। ਰਨ ਆਊਟ, 62 ਸਕੋਰ, 63 ਚੇਜ਼ ਕਰਨਾ ਹੈ। ਔਰ 5 ਓਵਰ 'ਚ ਬੜਾ ਆਸਾਨ ਜਿਹਾ ਸਕੋਰ ਹੈ। ਖੈਰ, ਦੇਖਦੇ ਹਾਂ ਬੋਲਿੰਗ। ਹਾਂਜੀ, ਫਸਟ ਬੋਲ, ਨੋ ਫਸਟ ਨੋ ਬਾਲ, ਸਿਕਸ। ਹਾਂਜੀ, ਅਠਾਰਾਂ
ਨਹੀਂ ਹਾਂਜੀ ਫਸਟ ਓਵਰ 17 ਸਕੋਰ ਦੂਸਰੇ ਓਵਰ ਦੀ ਫਸਟ ਬਾਲ ਸ਼ਾਬਾਸ਼ ਯਾਰ 6 ਪਾਣੀ ਚਾਰ ਰਨ ਪਾਣੀ ਚ ਉਸ ਦੋ ਓਵਰ 35 ਸਕੋਰ 63 ਕਰਨਾ ਬਾਕੀ 28 ਸਕੋਰ ਰਹਿ ਗਿਆ ਸਿਕਸ ਇੱਕ ਹੋਰ ਸਿਕਸ ਤੀਸਰੇ ਓਵਰ ਦੀਆਂ 3 ਗੇਂਦਾਂ ਅਤੇ 49 ਸਕੋਰ ਅਤੇ ਜਿਸ ਤਰ੍ਹਾਂ ਸਕੋਰ ਜਾਂਦਾ ਪੈਣਾ ਉਮੀਦ ਕਿ ਚੌਥਾ ਓਵਰ ਨਹੀਂ ਕਰਾਉਣਾ ਪੈਂਦਾ ਚੌਥਾ ਓਵਰ ਇੱਕ ਛੱਕੇ ਦੀ ਗੱਲ ਉਹ ਸਿਕਸ ਤਕਰੀਬਨ ਚੌਥੇ ਓਵਰ ਦੀ ਫਸਟ ਗੇਂਦ 'ਤੇ ਸਕੋਰ ਚੇਂਜ ਹੋ ਗਿਆ ਖੈਰ ਉਮੀਦ ਕਰਨਾ ਵਾ ਅੱਜ ਦਾ ਮੈਚ ਤੁਹਾਨੂੰ ਪਸੰਦ ਆਇਆ ਹੋਵੇਗਾ ਅਗਰ ਪਸੰਦ ਆਇਆ ਤਾਂ ਮੇਰਾ ਚੈਨਲ ਗੁਜਰਾਂਵਾਲਾ ਵਲੋਗ ਸਬਸਕ੍ਰਾਈਬ ਕਰ ਲਓ ਔਰ ਅਗਰ ਪ੍ਰੈਂਕ ਦੇਖਣਾ ਚਾਹੁੰਦੇ ਹੋ ਤਾਂ ਨਾਲ ਹੀ ਗੁਜਰਾਂਵਾਲਾ ਬੁਆਏ ਸਬਸਕ੍ਰਾਈਬ ਕਰ ਲਓ ਮਿਲਾਂਗਾ ਇੱਕ ਨਵੀਂ ਵੀਡੀਓ 'ਚ ਤਬ ਤੱਕ ਕੇ ਲੀਏ ਅੱਲਾ ਹਾਫਿਜ਼